ਮੈਂ ਇਸ ਖੁਸ਼ੀ ਨਾਲ ਫਾਂਸੀ ਦੇ ਤਖ਼ਤੇ ਉੱਤੇ ਚੜ੍ਹ ਕੇ ਦੁਨੀਆ ਨੂੰ ਦਿਖਾ ਦੇਵਾਂਗਾ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਕਿੰਨੀ ਵੀਰਤਾ ਨਾਲ ਕੁਰਬਾਨੀ ਦੇ ਸਕਦੇ ਹਨ। ਮੌਤ ਦੁਨਿਆਵੀ ਔਖਿਆਈਆਂ ਤੋਂ ਛੁਟਕਾਰਾ ਹਾਸਲ ਕਰਨ ਦਾ ਸਾਧਨ ਹੈ। ਸੋ ਸਵਾਗਤ ਹੈ ਤੁਹਾਡਾ ਸਾਡੇ YouTube ਦੇ ਚੈਨਲ ਗਲੀ ਗਲੀ ਯਾਤਰਾ ਵਿੱਚ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਜਿਸ ਦਾ ਨਾਮ ਹੈ ਗਲੀ ਗਲੀ ਯਾਤਰਾ। ਮੇਰੀ ਕਿਉਂ ਲਾਈਨ ਰਿਪੀਟ ਕੀਤੀ? ਲਾਈਨ ਇਸ ਕਰਕੇ ਰਿਪੀਟ ਕੀਤੀ ਕਿਉਂਕਿ ਤੁਸੀਂ ਟੀਚਰ ਹੋ, ਟੀਚਰ ਦੀ ਜਿਹੜੀ ਲਾਈਨਾਂ ਵਾ ਉਹ ਸਟੂਡੈਂਟ ਰਿਪੀਟ ਕਰਦੇ ਹੀ ਆ ਮਜਬੂਰੀ 'ਚ। ਚਲੋ ਸ਼ੁਰੂ ਕਰੋ ਹੁਣ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ YouTube ਦੇ ਚੈਨਲ ਗਲੀ ਗਲੀ ਯਾਤਰਾ ਦੇ ਵਿੱਚ। ਅਤੇ ਅੱਜ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਸਰਦਾਰ ਭਗਤ ਸਿੰਘ ਜੀ, ਜੋ ਕਿ ਸ਼ਹੀਦੇ ਆਜ਼ਮ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ, ਉਹਨਾਂ ਦੇ ਪਿੰਡ ਖਟਕੜ ਕਲਾਂ ਜ਼ਿਲ੍ਹਾ ਨਵੇਂ ਸ਼ਹਿਰ ਦੇ ਵਿੱਚ। ਅਤੇ ਚਲੋ ਅਸੀਂ ਵੇਖਣ ਚੱਲੀਏ ਉਹਨਾਂ ਦਾ ਪਿੰਡ ਖਟਕੜ ਕਲਾਂ, ਜਿੱਥੇ ਕਿ ਉਹਨਾਂ ਦੀਆਂ ਯਾਦਾਂ ਅੱਜ ਵੀ ਮੌਜੂਦ ਹਨ। ਅਸੀਂ ਪਹੁੰਚੇ ਹਾਂ ਜੀ ਭਗਤ ਸਿੰਘ ਦੇ ਖਟਕੜ ਕਲਾਂ ਪਿੰਡ ਦੇ ਵਿੱਚ। ਮੈਂ ਉੱਥੇ ਖਲੋਤੀ ਹੋਈ ਹਾਂ ਜਿੱਥੇ ਭਗਤ ਸਿੰਘ ਜੀ ਦਾ ਅਜਾਇਬ ਘਰ ਬਣਿਆ ਹੋਇਆ ਖਟਕੜ ਕਲਾਂ ਪਿੰਡ ਆ। ਇਹ ਉੱਥੇ ਮੈਨੂੰ ਅੱਜ ਜਾਣ ਦਾ ਮੌਕਾ ਮਿਲਿਆ। ਮੈਂ ਤੁਹਾਨੂੰ ਦਿਖਾ ਰਹੀ ਹਾਂ ਤਸਵੀਰਾਂ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਅਜਾਇਬ ਘਰ ਖਟਕੜ ਕਲਾਂ, ਇਹ ਸ਼ਹੀਦ ਭਗਤ ਸਿੰਘ ਜੀ ਦੇ ਨਾਮ 'ਤੇ ਡਿਜੀਟਲ ਅਜਾਇਬ ਘਰ ਬਣਦਾ ਪਿਆ ਵਾ। ਉਹਨਾਂ ਦਾ ਸਟੈਚੂ ਲੱਗਾ ਹੋਇਆ ਉੱਥੇ, ਇਹ ਅਜੇ ਤਿਆਰ ਹੋ ਰਿਹਾ ਵਾ ਸਾਰਾ। ਉਂਜ ਤਾਂ ਖਟਕੜ ਕਲਾਂ ਪਿੰਡ ਕਿਸੇ ਦੀ ਵੀ ਜਾਣਕਾਰੀ ਤੋਂ ਵਾਂਝਾ ਨਹੀਂ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਪਿੰਡ ਖਟਕੜ ਕਲਾਂ ਵਿੱਚ। ਦੇਖੋ ਭਗਤ ਸਿੰਘ ਜੀ ਦੇ ਮੰਮੀ ਡੈਡੀ ਦੀ ਫੋਟੋ। ਖਟਕੜ ਕਲਾਂ ਪਿੰਡ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਹੈ। ਇਹ ਜਲੰਧਰ ਚੰਡੀਗੜ੍ਹ ਹਾਈਵੇ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਦੇਖੋ ਪੁਰਾਣੇ ਟਾਈਮ ਦਾ ਘਰ ਅੱਜ ਵੀ ਵੇਖੋ ਉਸੇ ਤਰ੍ਹਾਂ ਦਾ ਹੀ ਆ ਅੱਜ ਕੱਲ ਦੇ ਘਰ। ਭਗਤ ਸਿੰਘ ਦਾ ਜੱਦੀ ਘਰ ਅੱਜ ਵੀ ਉਸੇ ਤਰ੍ਹਾਂ ਹੀ ਰੱਖਿਆ ਗਿਆ ਹੈ ਜਿਵੇਂ ਕਦੀ ਪਹਿਲੇ ਹੋਇਆ ਕਰਦਾ ਸੀ। ਇਹ ਹੈ ਘਰ ਦਾ ਮੁੱਖ ਦੁਆਰ। ਇੱਥੇ ਘਰ ਵਿੱਚ ਐਂਟਰੀ ਕਰਦੇ ਸਮੇਂ ਰਾਈਟ ਸਾਈਡ ਦੇ ਵਿੱਚ ਬਹੁਤ ਸਾਰੇ ਕਮਰੇ ਬਣੇ ਹੋਏ ਹਨ ਅਤੇ ਉਹਨਾਂ ਦੀਆਂ ਨਿਸ਼ਾਨੀਆਂ ਨੂੰ ਉਸੇ ਤਰ੍ਹਾਂ ਹੀ ਉਹਨਾਂ ਦੀ ਯਾਦਗਾਰ ਨੂੰ ਕਾਇਮ ਰੱਖਿਆ ਗਿਆ ਹੈ। ਘਰ ਵਿੱਚ ਸਾਫ਼ ਸਫਾਈ ਦਾ ਵੀ ਬਹੁਤ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦਾ ਉਸ ਟਾਈਮ ਦਾ ਬੈੱਡ ਆ, ਉਸ ਟਾਈਮ ਦਾ ਇਹਨਾਂ ਦਾ ਬੈੱਡ ਆ, ਕੁਰਸੀਆਂ ਪਈਆਂ ਹੋਈਆਂ ਨਾਲ। ਇੱਥੇ ਬਹੁਤ ਸਾਰੇ ਲੋਕ ਘਰ ਨੂੰ ਦੇਖਣ ਵਾਸਤੇ ਦੂਰ ਦੁਰਾਡੇ ਤੋਂ ਆਉਂਦੇ ਹਨ ਅਤੇ ਭਗਤ ਸਿੰਘ ਦੀਆਂ ਨਿਸ਼ਾਨੀਆਂ ਨੂੰ ਦੇਖਦੇ ਹਨ। ਅੱਜ ਵੀ ਉਹਨਾਂ ਦੀ ਯਾਦ ਇਸ ਘਰ ਵਿੱਚ ਹੈ। ਜਦੋਂ ਅਸੀਂ ਇਸ ਘਰ ਨੂੰ ਦੇਖਦੇ ਹਾਂ ਤੇ ਅੱਜ ਵੀ ਉਸ
ਕ੍ਰਾਂਤੀਕਾਰੀ ਦੀ ਯਾਦ ਦਿਲਾਂ ਵਿੱਚ ਤਾਜ਼ਾ ਹੋ ਜਾਂਦੀ ਹੈ। ਪੁਰਾਣੇ ਜ਼ਮਾਨੇ ਦੇ ਸਵਿੱਚ ਦਿਖਾਈ ਦਿੰਦੇ ਹਨ, ਉੱਥੇ ਭਗਤ ਸਿੰਘ ਜੀ ਦੀ ਇੱਕ ਤਸਵੀਰ ਲੱਗੀ ਹੋਈ ਹੈ ਪੁਰਾਣੇ ਸਮੇਂ ਦੀ, ਅਤੇ ਉਹਨਾਂ ਦੇ ਸਾਹਮਣੇ ਇੱਕ ਚਰਖਾ ਨਜ਼ਰ ਆ ਰਿਹਾ ਹੈ ਅਤੇ ਅਲਮਾਰੀ ਵਿੱਚ ਬਹੁਤ ਸਾਰੇ ਬਰਤਨ ਰੱਖੇ ਹੋਏ ਨਜ਼ਰ ਆ ਰਹੇ ਹਨ। ਹੋਰ ਵੀ ਬਹੁਤ ਸਾਰੇ ਬਰਤਨ ਜਿਵੇਂ ਪਲੇਟਾਂ, ਗਾਗਰਾਂ, ਪੀੜੀ, ਪੁਰਾਣੇ ਟਾਈਮ ਦਾ ਟੋਕਾ ਅਤੇ ਹੋਰ ਬਹੁਤ ਸਾਰੇ ਬਰਤਨ, ਕੜਛੀਆਂ, ਡੋਲ ਨਜ਼ਰ ਆ ਰਹੇ ਹਨ। ਅਲਮਾਰੀ ਵਿੱਚ ਬਹੁਤ ਹੀ ਵਧੀਆ ਢੰਗ ਦੇ ਨਾਲ ਸਜਾ ਕੇ ਰੱਖੇ ਗਏ ਹਨ। ਭੈਣਾਂ ਦਾ ਦੇਖੀਆਂ, ਭਰਾ ਵੀ ਦੇਖੇ ਆ, ਮਾਂ ਵੀ ਦੇਖੀ ਆ, ਪੇ ਵੀ ਦੇਖੇ ਆ। ਅੱਛਾ, ਦੇਖੇ ਆ। ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਘਰ ਦੇ ਸਾਹਮਣੇ ਇੱਕ ਬਹੁਤ ਸੋਹਣੀ ਪਾਰਕ ਵੀ ਬਣਾਈ ਗਈ ਹੈ, ਜਿਸ ਦਾ ਉਦਘਾਟਨ 2003 ਵਿੱਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇੱਥੇ ਇੱਕ ਖੂਹ ਵੀ ਹੈ, ਜਿਹੜਾ ਕਿ ਪੁਰਾਣੇ ਸਮੇਂ ਵਿੱਚ ਖੂਹ ਬਹੁਤ ਡੂੰਘੇ ਹੋਇਆ ਕਰਦੇ ਸਨ, ਲੇਕਿਨ ਲੋਕਾਂ ਦੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਉਸ ਨੂੰ ਪੂਰ ਦਿੱਤਾ ਗਿਆ ਹੈ। ਉਸ ਸਮੇਂ ਦਾ ਇਹ ਪੁਰਾਣਾ ਘਰ ਅੱਜ ਵੀ ਬਹੁਤ ਸੋਹਣਾ ਲੱਗਦਾ ਹੈ। ਘਰ ਦੇ ਆਸ ਪਾਸ ਅੱਜ ਬਹੁਤ ਸਾਰੀਆਂ ਇਮਾਰਤਾਂ ਬਣ ਚੁੱਕੀਆਂ ਹਨ, ਪਰ ਅੱਜ ਵੀ ਉਹਨਾਂ ਦਾ ਘਰ ਇੱਕ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ। ਉੱਥੇ ਦੀਵਾਰਾਂ ਦੇ ਉੱਤੇ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ, ਅੱਜ ਵੀ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੀਆਂ ਹਨ। ਇੱਕ ਪਾਸੇ ਸ਼ਹੀਦ ਭਗਤ ਸਿੰਘ, ਉਹਨਾਂ ਦੇ ਮਾਤਾ ਜੀ ਅਤੇ ਉਹਨਾਂ ਦੇ ਪਿਤਾ ਜੀ ਦੀ ਤਸਵੀਰ ਬਣਾਈ ਗਈ ਹੈ। ਅਤੇ ਅੱਜ ਅਸੀਂ ਵੇਖਿਆ ਸ਼ਹੀਦ ਭਗਤ ਸਿੰਘ ਜੀ ਦਾ ਜੱਦੀ ਪਿੰਡ, ਪਿੰਡ ਖਟਕੜ ਕਲਾਂ। ਅੱਗੇ ਐਪੀਸੋਡ 'ਚ ਅਸੀਂ ਤੁਹਾਨੂੰ ਵਿਖਾਵਾਂਗੇ ਕਿ ਇਸ ਮਹਾਨ ਕ੍ਰਾਂਤੀਕਾਰੀ ਦੀ ਜਿੱਥੇ ਸਮਾਧ ਆ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ, ਕੀ ਇਹਨਾਂ ਦੇ ਨਾਲ ਉਸ ਸਮੇਂ ਵਾਪਰਿਆ ਸੀਗਾ, ਇਹ ਸਾਰੀ ਸਟੋਰੀ ਅਸੀਂ ਤੁਹਾਨੂੰ ਆਪਣੇ ਅਗਲੇ ਐਪੀਸੋਡ ਵਿੱਚ ਦੱਸਾਂਗੇ। ਅਸੀਂ ਬੜੀ ਹੀ ਇਮੋਸ਼ਨਲ ਸਟੋਰੀਆਂ ਹੈਗੀਆਂ ਹਨ, ਜੋ ਕਈ ਚੀਜ਼ਾਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਨਹੀਂ ਵੀ ਪਤਾ ਵਾ, ਅਤੇ ਸਾਡਾ ਅਗਲਾ ਐਪੀਸੋਡ ਤੁਸੀਂ ਜ਼ਰੂਰ ਵੇਖਿਓ, ਕਿਉਂਕਿ ਸਾਡੇ ਵਾਸਤੇ ਵੀ, ਸਾਡੀ ਜ਼ਿੰਦਗੀ ਵਾਸਤੇ ਵੀ ਇਹ ਇੱਕ ਸਬਕ ਬਣ ਚੁੱਕਿਆ ਵਾ। ਜਦੋਂ ਅਸੀਂ ਉੱਥੋਂ ਦੀ ਉਹ ਦੇਖ ਕੇ ਆਏ ਤਾਂ ਸਾਡੀ ਵੀ ਜ਼ਿੰਦਗੀ ਕਾਫੀ ਬਦਲ ਗਈ। ਉਹ ਤੋਂ ਬਾਅਦ ਜੋ ਚੀਜ਼ਾਂ ਸਾਨੂੰ ਨਹੀਂ ਪਤਾ ਸੀ ਉਹ ਪਤਾ ਲੱਗ ਗਈਆਂ ਕਿ ਕਿਸ ਤਰ੍ਹਾਂ ਦੇਸ਼ ਵਾਸਤੇ ਆ ਲੜੇ ਆ। ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨ ਜਿਹੜੇ ਆ ਉਹ ਜਿਹੜੇ ਗਲਤ ਰਸਤਿਆਂ 'ਤੇ ਜਾ ਰਹੇ ਆ, ਜਿਨ੍ਹਾਂ ਨੂੰ ਆਪਣੇ ਦੇਸ਼ ਦੀ ਆਜ਼ਾਦੀ ਦੇ ਬਾਰੇ ਕੁਛ ਨਹੀਂ ਪਤਾ, ਅਤੇ ਉਹ ਵੀ ਇਸ ਐਪੀਸੋਡ ਨੂੰ ਦੇਖ ਕੇ ਅੱਗੇ ਵਧਣ,
ਬਹੁਤ ਹੀ ਇਮੋਸ਼ਨਲ ਈਵਨ ਕਿ ਭਗਤ ਸਿੰਘ ਦੀਆਂ ਲਿਖੀਆਂ ਹੋਈਆਂ ਚਿੱਠੀਆਂ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਆਪਣੇ ਨੈਕਸਟ ਐਪੀਸੋਡ ਵਿੱਚ ਜ਼ਰੂਰ ਦੇਵਾਂਗੇ। ਇੱਕ ਬਹੁਤ ਹੀ ਇਮੋਸ਼ਨਲ ਸਟੋਰੀ ਆ ਅਤੇ ਪਲੀਜ਼ ਆਪ ਵੀ ਦੇਖੋ ਅਤੇ ਅੱਗੇ ਹੋਰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਫਰੈਂਡਸ ਨੂੰ ਸ਼ੇਅਰ ਕਰੋ ਕਿਉਂਕਿ ਇਹ ਸਟੋਰੀ ਬਹੁਤ ਹੀ ਜ਼ਿਆਦਾ ਇਮੋਸ਼ਨਲ ਹੋਣ ਵਾਲੀ ਆ। ਮੈਂ ਇਸ ਖੁਸ਼ੀ ਨਾਲ ਫਾਂਸੀ ਦੇ ਤਖ਼ਤੇ ਉੱਤੇ ਚੜ੍ਹ ਕੇ ਦੁਨੀਆ ਨੂੰ ਦਿਖਾ ਦੇਵਾਂਗਾ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਕਿੰਨੀ ਵੀਰਤਾ ਨਾਲ ਕੁਰਬਾਨੀ ਦੇ ਸਕਦੇ ਹਨ ਅਤੇ ਤੂੰ ਜਿਉਂਦਿਆਂ ਰਹਿ ਕੇ ਵੀ ਦੁਨੀਆ ਨੂੰ ਇਹ ਦਿਖਾਉਣਾ ਹੈ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਸਿਰਫ ਮਰ ਹੀ ਨਹੀਂ ਸਕਦੇ ਸਗੋਂ ਜਿਉਂਦੇ ਰਹਿ ਕੇ ਹਰ ਮੁਸੀਬਤ ਦਾ ਮੁਕਾਬਲਾ ਵੀ ਕਰ ਸਕਦੇ ਹਨ। ਮੌਤ ਦੁਨਿਆਵੀ ਔਖਿਆਈਆਂ ਤੋਂ ਛੁਟਕਾਰਾ ਹਾਸਲ ਕਰਨ ਦਾ ਸਾਧਨ ਹੈ। ਸਾਡੇ ਨਾਲ ਅਸੀਂ ਜਦੋਂ ਸ਼ੂਟ ਕਰਨ ਵਾਸਤੇ ਜਾਂਦੇ ਹਾਂ ਤਾਂ ਕਈ ਸਾਨੂੰ ਕਾਲਜ ਦੇ ਮੁੰਡੇ ਕੁੜੀਆਂ ਇਹੋ ਜਿਹੇ ਮਿਲਦੇ ਜਿਹੜੀ ਇਹੋ ਜਿਹੀ ਜਗ੍ਹਾ 'ਤੇ ਆ ਕੇ ਉਸ ਚੀਜ਼ ਦਾ ਨਿਰਾਦਰ ਕਰਦੇ ਹਨ। ਅਸੀਂ ਕਈ ਚੀਜ਼ਾਂ ਇਹੋ ਜਿਹੀ ਵੇਖੀਆਂ ਬਟ ਅਸੀਂ ਉਹਨੂੰ ਆਪਣੀ ਵੀਡੀਓ ਕੈਮਰੇ 'ਚ ਨਹੀਂ ਸ਼ੂਟ ਕੀਤਾ। ਕਈ ਲੋਕ ਇਹੋ ਜਿਹੀ ਜਗ੍ਹਾ 'ਤੇ ਆ ਕੇ ਅਤੇ ਇਹੋ ਜਿਹੇ ਮਹਾਨ ਕ੍ਰਾਂਤੀਕਾਰੀਆਂ ਦਾ ਮਜ਼ਾਕ ਵੀ ਉਡਾਉਂਦੇ ਆ। ਇਹੋ ਜਿਹੇ ਲੋਕ ਵੀ ਇਹੋ ਜਿਹੇ ਦੁਸ਼ਮਣ ਵੀ ਸਾਡੇ ਵਿੱਚ ਹੈਗੇ ਆ, ਲੇਕਿਨ ਉਹ ਦੁਸ਼ਮਣ ਨਹੀਂ ਆ, ਉਹ ਸਾਡੇ ਆਪਣੇ ਹੀ ਆ। ਬਸ ਸਿਰਫ ਕਮੀ ਇਸ ਚੀਜ਼ ਦੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਟੀਚਰਾਂ ਨੇ ਜਾਂ ਉਹਨਾਂ ਦੇ ਪੇਰੈਂਟਸ ਨੇ ਇਹ ਸਭ ਚੀਜ਼ਾਂ ਬਾਰੇ ਦੱਸਿਆ ਹੀ ਨਹੀਂ ਆ। ਉਹ ਸਿਰਫ ਸਕੂਲ ਤੋਂ ਬੰਕ ਮਾਰ ਕੇ ਜਾਂ ਕਿਤੇ ਆਪਣੇ ਟੀਚਰਾਂ ਨੂੰ ਝੂਠ ਬੋਲ ਕੇ ਜਾਂ ਬਿਮਾਰੀ ਦਾ ਬਹਾਨਾ ਲਾ ਕੇ ਕਿਤੇ ਵੀ ਉਹ ਬਾਹਰ ਚਲੇ ਜਾਂਦੇ ਹਨ ਅਤੇ ਇਹੋ ਜਿਹੀ ਜਗ੍ਹਾ 'ਤੇ ਆ ਜਾਂਦੇ ਹਨ, ਫਿਰ ਇੱਥੇ ਦੀ ਵਾਲਸ ਖਰਾਬ ਕਰਦੇ ਹਨ, ਇੱਥੇ ਦੇ ਬਾਰੇ ਫਿਰ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਹਨ ਅਤੇ ਉਹਨਾਂ ਨੂੰ ਕੋਈ ਇਹ ਨਹੀਂ ਪਤਾ ਕਿ ਭਾਈ ਕੋਈ ਸਾਹਮਣੇ ਤੁਹਾਡੇ ਖੜ੍ਹਾ ਵਾ ਜਾਂ ਕਿਤੇ ਕੋਈ ਉਹਨਾਂ ਨੂੰ ਪ੍ਰੋਬਲਮਸ ਹੋ ਜਾਏਗੀ। ਉਹਨਾਂ ਨੂੰ ਕੋਈ ਇਸ ਚੀਜ਼ ਦਾ, ਬਸ ਉਹ ਆਪਣੀ ਜਵਾਨੀ ਦੇ ਜੋਸ਼ 'ਚ ਕਿਸੇ ਉਹਨਾਂ ਨੂੰ ਕਿਸੇ ਇਸ ਕ੍ਰਾਂਤੀਕਾਰੀ ਦੀ ਜਗ੍ਹਾ ਦੀ ਮਹਾਨਤਾ ਦੇ ਬਾਰੇ ਕੁਝ ਨਹੀਂ ਪਤਾ। ਸੋ ਸਾਡੀ ਰਿਕੁਐਸਟ ਆ ਸਾਰੀ ਔਡੀਅੰਸ ਨੂੰ ਕਿ ਆਪਣੇ ਬੱਚਿਆਂ ਨੂੰ ਇਹੋ ਜਿਹੇ ਸੰਸਕਾਰ ਦਿਓ ਤਾਂ ਕਿ ਉਹ ਸ਼ਹੀਦ ਭਗਤ ਸਿੰਘ ਦੇ ਐਟਲੀਸਟ ਦਿੱਤੇ ਹੋਏ ਕਾਰਨਾਮਿਆਂ ਦੇ ਉੱਪਰ ਜ਼ਰੂਰ ਚੱਲਣ ਅਤੇ ਜਿਸ ਤਰ੍ਹਾਂ ਦੀ ਉਹਨਾਂ ਨੇ ਆਜ਼ਾਦੀ ਸਾਨੂੰ ਦਿਵਾਈ ਆ, ਕੋਸ਼ਿਸ਼ ਕਰਨ ਕਿ ਅਸੀਂ ਆਪਣੇ ਬੱਚਿਆਂ ਦੇ ਮਨਾਂ ਵਿੱਚ ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਜ਼ਰੂਰ ਭਰੀਏ ਤਾਂ ਕਿ ਬੱਚਿਆਂ ਦੇ ਮਨ ਵਿੱਚ ਵੀ ਇਹੋ ਜਿਹੀ ਭਾਵਨਾ ਪੈਦਾ ਹੋਵੇ, ਆਪਣੇ ਬੱਚੇ ਆਪਣੇ ਮਾਂ ਬਾਪ ਦੇ ਨਾਲ ਆਪਣੇ ਦੇਸ਼ ਦੇ ਨਾਲ ਉਹਨਾਂ ਦਾ ਵੀ ਪਿਆਰ ਜਿਹੜਾ ਜਾਗਰੂਕ ਹੋਵੇ। ਅਤੇ ਅਗਲਾ ਜਿਹੜਾ ਐਪੀਸੋਡ ਆ ਜਿਹਦੇ ਬਾਰੇ ਅਸੀਂ ਗੱਲ ਕਰਦੇ ਪਏ ਆ, ਸ਼ਹੀਦ ਭਗਤ ਸਿੰਘ ਜੀ ਦੀ ਸਮਾਧ ਜਿੱਥੇ ਹੈਗੀ ਆ ਹੁਸੈਨੀ ਵਾਲ, ਅਸੀਂ ਉਹ ਤੁਹਾਨੂੰ ਦਿਖਾਵਾਂਗੇ। ਅਤੇ ਪਲੀਜ਼ ਤੁਸੀਂ ਆ ਵੇਖਿਓ ਅਤੇ ਜਿੰਨਾ ਜ਼ਿਆਦਾ ਹੋ ਸਕੇ ਸਬਸਕ੍ਰਾਈਬ ਕਰਿਓ ਅਤੇ ਹੁਣ ਸਾਨੂੰ ਇਜਾਜ਼ਤ, ਧੰਨਵਾਦ ਜੀ, ਜੈ ਹਿੰਦ। ਅਤੇ ਮੱਖਣ ਸ਼ਾਹ ਹੀਰਿਆਂ ਦਾ ਵਪਾਰੀ ਸੀ, ਉਹਦਾ ਬੇੜਾ ਡੁੱਬਦਾ ਜਾ ਰਿਹਾ ਸੀ ਅਤੇ ਉਹਨੇ 500 ਮੋਹਰ ਸੁੱਖੀ ਕਿ ਇਹ ਸੱਚੇ ਪਾਤਸ਼ਾਹ ਮੇਰਾ ਇਹ ਬੇੜਾ ਜਿਹੜਾ ਆ ਉਹ ਬੰਨੇ ਲਾ ਅਤੇ ਇਹ ਮੈਂ ਤੇਰੇ ਦਰ 'ਤੇ 500 ਮੋਹਰ ਚੜ੍ਹਾਵਾਂਗਾ। ਮੈਂ ਸਰਦਾਰ ਜੋਬਨਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ। ਆਸ ਕਰਦੀ ਹਾਂ ਕਿ ਇਹੋ ਜਿਹੇ ਮੈਨੇਜਰ ਸਾਹਿਬ ਜੋ ਹੈ ਉਹ ਹਰ ਇੱਕ ਗੁਰਦੁਆਰੇ ਸਾਹਿਬ ਵਿੱਚ ਹੋਣ ਅਤੇ ਪੂਰਾ ਆਪਣੇ ਆਫਿਸ ਵਿੱਚ ਲੈ ਕੇ ਗਏ। ਸਾਡਾ ਬਹੁਤ ਉਹਨਾਂ ਨੇ ਮਾਨ ਸਨਮਾਨ ਕੀਤਾ। ਸਤਿ ਸ਼੍ਰੀ ਅਕਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਯੂਟਿਊਬ ਦੇ ਚੈਨਲ ਗਲੀ ਗਲੀ ਯਾਤਰਾ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਆ। ਅੱਜ ਅਸੀਂ ਤੁਹਾਨੂੰ ਇੱਕ ਇਤਿਹਾਸਿਕ ਸਥਾਨ ਦੀ ਯਾਤਰਾ ਕਰਾਵਾਂਗੇ, ਗੁਰਦੁਆਰਾ ਕੋਠਾ ਸਾਹਿਬ। ਜੀ ਹਾਂਜੀ, ਗੁਰਦੁਆਰਾ ਕੋਠਾ ਸਾਹਿਬ ਅੰਮ੍ਰਿਤਸਰ ਤੋਂ ਥੋੜੀ ਜਿਹੀ ਦੂਰੀ ਤੇ ਸਥਿਤ ਹੈ, ਪਿੰਡ ਬੱਲੇ ਦੇ ਵਿੱਚ ਪੈਂਦਾ ਵਾ। ਤੇ ਚਲੋ ਅਸੀਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਕੋਠਾ ਸਾਹਿਬ ਦੇ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਮੋਹ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋ ਸੀ ਭੀ ਸੱਚ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ। ਜਦੋਂ ਗੁਰੂ ਸਾਹਿਬ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ ਸਨ, ਮਸੰਦਾਂ ਨੇ ਉਹਨਾਂ ਦੇ ਵਿਰੁੱਧ ਦਰਵਾਜ਼ੇ ਬੰਦ ਕਰ ਦਿੱਤੇ। ਗੁਰੂ ਤੇਗ ਬਹਾਦਰ ਜੀ ਕੁਝ ਸਮਾਂ ਹਰਿਮੰਦਰ ਸਾਹਿਬ ਜੀ ਦੇ ਬਾਹਰ ਬੈਠੇ ਅਤੇ ਇਹ ਕਹਿ ਕੇ ਚਲੇ ਗਏ ਕਿ ਅੰਮ੍ਰਿਤਸਰ ਦੇ ਮਸੰਦ ਲਾਲਸਾ ਦੀ ਅੱਗ ਨਾਲ ਸੜ ਰਹੇ ਹਨ, ਅਤੇ ਫਿਰ ਬੱਲੇ ਆ ਗਏ ਜਿੱਥੇ ਉਹ ਪਿੰਡ ਦੇ ਬਾਹਰ ਇੱਕ ਪਿੱਪਲ ਦੇ ਦਰਖਤ ਹੇਠਾਂ ਬੈਠ ਗਏ। ਪਿੰਡ ਦੀ ਸੰਗਤ ਇੱਕ ਸ਼ਰਧਾਲੂ ਬਜ਼ੁਰਗ ਬੀਬੀ ਮਾਈ ਹਰੋਜੀ ਦੀ ਅਗਵਾਈ ਵਿੱਚ ਮੱਥਾ ਟੇਕਣ ਆਈ। ਗੁਰੂ ਸਾਹਿਬ 17 ਦਿਨ ਮਾਈ ਹਰੋਜੀ ਦੇ ਕੱਚੇ ਘਰ ਵਿੱਚ ਰਹੇ ਅਤੇ ਛੱਡਣ ਵੇਲੇ ਉਸਨੂੰ ਮਾਈਆਂ ਰੱਬ ਰਜ਼ਾਈਆਂ ਦਾ ਆਸ਼ੀਰਵਾਦ ਦਿੱਤਾ। ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮੈਨੇਜਰ ਜੋਬਨਜੀਤ ਸਿੰਘ ਜੀ, ਸ਼ੰਕਰਪੁਰਾ ਗੁਰਦੁਆਰਾ ਕੋਠਾ ਸਾਹਿਬ ਅੱਲਾ ਅਤੇ ਗੁਰਦੁਆਰਾ ਟਹਿਰੀ ਸਾਹਿਬ ਸੁਲਤਾਨਗੜ੍ਹ ਆਉਂਦੇ ਵੀ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ੍ਰਿਸ਼ਟੀ ਦੀ ਚਾਦਰ 8ਵੇਂ ਪਾਤਸ਼ਾਹ ਇਹ ਕਹਿ ਕੇ ਚਲ ਗਏ ਬਾਬਾ ਬੱਸੇ ਬਕਾਲੇ, ਅਤੇ ਮੱਖਣ ਸ਼ਾਹ ਹੀਰਿਆਂ ਦਾ ਵਪਾਰੀ ਸੀ, ਉਹਦਾ ਬੇੜਾ ਡੁੱਬਦਾ ਜਾ ਰਿਹਾ ਸੀ ਅਤੇ ਉਹਨੇ 500 ਮੋਹਰ ਸੁੱਖੀ ਕਿ ਇਹ ਸੱਚੇ ਪਾਤਸ਼ਾਹ ਮੇਰਾ ਇਹ ਬੇੜਾ ਜਿਹੜਾ ਆ ਉਹ ਬੰਨੇ ਲਾ ਅਤੇ ਇਹ ਮੈਂ ਤੇਰੇ ਦਰ 'ਤੇ 500 ਮੋਹਰ ਚੜਾਵਾਂਗਾ। ਮੱਖਣ ਸ਼ਾਹ ਦਾ ਬੇੜਾ ਜਿਹੜਾ ਪਾਰ ਹੋਇਆ ਅਤੇ ਉਹ 500 ਮੋਹਰ ਲੈ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਗਿਆ। ਉੱਥੇ ਕੀ ਵੇਖਦਾ ਕਿ ਉੱਥੇ 22 ਮੰਜੀਆਂ ਡਾਹ ਕੇ ਅਨੇਕਾਂ ਗੁਰੂ ਨਕਲੀ ਬਣ ਕੇ ਬੈਠੇ ਸਨ, ਅਤੇ ਮੱਖਣ ਸ਼ਾਹ ਹੁਣ ਕੀ ਕਰਦਾ, ਉਹਨਾਂ ਨੇ ਸਾਰਿਆਂ ਨੂੰ 5-5 ਮੋਹਰਾਂ ਦੇਣੀਆਂ ਸ਼ੁਰੂ ਕੀਤੀਆਂ। ਅਤੇ ਜਦੋਂ ਕਿਸੇ ਦੇ ਪੁੱਛਣ 'ਤੇ ਇਹ ਪੁੱਛਿਆ ਗਿਆ ਕਿ ਕੋਈ ਹੋਰ ਵੀ ਹੈਗਾ ਇੱਥੇ, ਅਤੇ ਕਿਸੇ ਪ੍ਰੇਮੀ ਨੇ ਜਾਂ ਕਿਸੇ ਭੈਣ ਨੇ ਜਾਂ ਕਿਸੇ ਵੀਰ ਨੇ ਇਹ ਗੱਲ ਕਹੀ ਕਿ ਇੱਕ ਭੋਰੇ 'ਚ ਤੇਗਾ ਨਾਂ ਦਾ ਇੱਕ ਵਿਅਕਤੀ ਤਪੱਸਿਆ ਕਰ ਰਿਹਾ। ਜਦੋਂ ਮੱਖਣ ਸ਼ਾਹ ਲਬਾਣਾ ਉਸ ਭੋਰੇ 'ਚ ਗਿਆ ਅਤੇ ਜਾ ਕੇ ਉੱਥੇ 5 ਮੋਹਰਾਂ ਰੱਖਣ ਲੱਗਾ ਅਤੇ ਮੁੜਨ ਲੱਗਾ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸ੍ਰਿਸ਼ਟੀ ਦੀ ਚਾਦਰ ਉਹਨਾਂ ਨੇ ਮੋਢਿਓ ਫੜ ਲਿਆ। ਉਹ ਮੱਖਣਾ
500 ਸੁੱਕੇ ਅਤੇ ਤੂੰ 5 ਰੱਖ ਰਿਹਾ, ਅਤੇ ਜਿਹੜਾ ਮੱਖਣ ਸ਼ਾਹ ਸੀ ਉਹ ਗਦਗਦ ਹੋ ਗਿਆ, ਇੰਨਾ ਖੁਸ਼ ਹੋਇਆ ਕਿ ਬਾਹਰ ਆਣ ਕੇ ਰੌਲਾ ਪਾਤਾ, ਕੋਠੇ 'ਤੇ ਚੜ੍ਹ ਕੇ ਪੱਲੂ ਫੇਰਿਆ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ। ਅਤੇ ਗੁਰੂ ਮੇਰੇ ਪਾਤਸ਼ਾਹ ਉੱਥੇ 14 ਸਾਲ ਕੁਝ ਮਹੀਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਰਹੇ। ਉਸ ਤੋਂ ਬਾਅਦ ਉਹਨਾਂ ਨੇ ਚਾਲੇ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਪਾਏ, ਅਤੇ ਉਸ ਵੇਲੇ ਅੰਮ੍ਰਿਤਸਰ ਵਿਖੇ ਧੀਰ ਮੱਲੀਆਂ ਦਾ ਕਬਜ਼ਾ ਸੀ। ਜਦੋਂ ਇਹਨਾਂ ਨੇ ਵੇਖਿਆ ਕਿ ਇਹ ਤਾਂ ਦੀਨ ਦੁਨੀਆ ਦਾ ਮਾਲਕ ਆ ਗਿਆ ਕਿ ਸਾਡੀ ਸ਼ਾਇਦ ਰੋਟੀ ਰੋਜੀ ਖੁਸ਼ ਜੇ, ਉਹਨਾਂ ਨੂੰ ਇਹ ਗੱਲ ਸੁਣ ਕੇ ਉਹ ਜਿੰਦਰੇ ਮਾਰ ਕੇ ਅਤੇ ਘਰਾਂ ਨੂੰ ਚਲ ਗਏ। ਅਤੇ ਮੇਰੇ ਪਾਤਸ਼ਾਹ ਨੇ ਸਰੋਵਰ ਵਿੱਚ ਇਸ਼ਨਾਨ ਕਰਕੇ ਬਾਹਰ ਖੜ੍ਹੇ 'ਤੇ ਆਪਣਾ ਨਿਤਨੇਮ ਦਾ ਪਾਠ ਕਰਕੇ ਅਤੇ ਪਿੰਡ ਵੱਲੇ ਨੂੰ ਤੁਰੇ। ਪਿੰਡ ਵੱਲੇ ਨੂੰ ਆਉਂਦਿਆਂ ਰਾਹ 'ਚ ਗੁਰਦੁਆਰਾ ਦਮਦਮਾ ਸਾਹਿਬ ਆ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਹੀ ਸੁੰਦਰ ਗੁਰਦੁਆਰਾ ਅਤੇ ਬਹੁਤ ਹੀ ਵਧੀਆ ਉੱਥੇ ਪ੍ਰਬੰਧ ਚੱਲ ਰਿਹਾ। ਉੱਥੇ ਉਸ ਤੋਂ ਅੱਗੇ ਥੋੜ੍ਹਾ ਆਏ, ਉੱਥੇ ਵੱਲੇ ਪਿੰਡ ਦੀ ਨੌਂ ਜਿਹੜੀ ਹੈ, ਵੱਲੇ ਪਿੰਡ ਦੀ ਧੀ ਬੀਬੀ ਹਰੋ, ਉਹ ਆਪਣੇ ਪਰਿਵਾਰ ਦੇ ਆਪਣੇ ਘਰ ਵਾਲੇ ਦੇ ਚਾਚੇ ਤਾਇਆਂ ਦਾ ਪ੍ਰਸ਼ਾਦਾ ਲੈ ਕੇ ਉੱਥੇ ਗਏ ਸਨ, ਅਤੇ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਮਿਲੇ ਅਤੇ ਉਹਨਾਂ ਨਾਲ ਬਚਨ ਬਲਾਸ ਹੋਏ। ਅਤੇ ਬੀਬੀ ਹਰੋ ਜਿਹੜੀ ਸੀ ਉਹਨਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਥਾਂ ਕੱਚੇ ਕੋਠੇ 'ਚ ਲੈ ਕੇ ਆਏ। ਅਤੇ ਮੇਰੇ ਪਾਤਸ਼ਾਹ ਇੱਥੇ 17 ਦਿਨ ਰਹੇ। ਜਦੋਂ ਅੰਮ੍ਰਿਤਸਰ ਨੂੰ ਪਤਾ ਲੱਗਿਆ ਵੀ ਇਹ ਤਾਂ ਬਹੁਤ ਸਾਡੇ ਕੋਲ ਭੁੱਲ ਹੋ ਗਈ ਆ, ਇਹ ਤਾਂ ਬਹੁਤ ਮਾੜਾ ਕੰਮ ਹੋ ਗਿਆ, ਫਿਰ ਜਦੋਂ ਬੱਲੇ ਦੀਆਂ ਸੰਗਤਾਂ ਅੰਮ੍ਰਿਤਸਰ ਦੀਆਂ ਸੰਗਤਾਂ ਸਾਰੀਆਂ ਇੱਥੇ ਸੁਸ਼ੋਭਿਤ ਹੋਈਆਂ, ਗੁਰੂ ਜੀ ਦੇ ਦਰਸ਼ਨ ਕੀਤੇ, ਉਸ ਵੇਲੇ ਮੇਰੇ ਪਾਤਸ਼ਾਹ ਨੇ ਸ਼ਬਦ ਉਚਾਰੇ ਸਨ, ਨਾਹੇ ਮਸੰਦ ਤੁਮ ਅੰਮ੍ਰਿਤ ਸਰੀਏ, ਕ੍ਰਿਸ਼ਨ ਨਾਗਨ 'ਤੇ ਅੰਤਰ ਸਰੀਏ। ਅਤੇ ਜਦੋਂ ਇਹ ਸਭ ਕੁਛ ਕਿਹਾ ਅਤੇ ਇੱਥੇ 6 ਫਰਵਰੀ ਤੋਂ ਮੇਲਾ ਭਾਰੀ ਲੱਗਦਾ, ਪਹਿਲਾਂ 17 ਦਿਨ ਲੱਗਦਾ ਸੀ, ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਇਹ ਐਤਕਾਂ 6 ਫਰਵਰੀ ਤੋਂ ਮੇਲਾ ਸ਼ੁਰੂ ਹੋਣਾ ਜੋ 11 ਮਾਰਚ ਤੱਕ ਚੱਲੇਗਾ। ਇਸ ਵੱਲਾ ਇਸ ਕੱਚੇ ਘਰ ਦੇ ਵਿੱਚ ਮਾਤਾ ਹਰੋ ਦੇ ਗੁਰੂ ਤੇਗ ਬਹਾਦਰ ਸਾਹਿਬ 17 ਦਿਨ ਰੁਕ ਕੇ ਉਹਨਾਂ ਨੇ ਇਹਨਾਂ ਦੀ ਖੁਸ਼ੀ ਨਾਲ ਕਿਹਾ, ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ, ਵੱਲਾ ਗੁਰੂ ਦਾ ਗੱਲਾ। ਅੱਜ ਉਸ ਵੇਲੇ ਪੈਲੀ ਦਾ ਮੁੱਲ ਕੋਈ ਹਜ਼ਾਰਾਂ ਵਿੱਚ ਸੀ, ਅੱਜ ਮੇਰੇ ਪਾਤਸ਼ਾਹ ਨੇ ਜੋ ਬਚਨ ਕੱਢੇ, ਅੱਜ ਇੱਕੜ ਪੈਲੀ, 1 ਕਿੱਲਾ ਪੈਲੀ ਜਿਹੜੀ ਆ ਉਹ 1.5 ਕਰੋੜ ਰੁਪਈਏ ਦੀ ਆ, ਇਹ ਗੁਰੂ ਦੇ ਬਚਨ ਅਸਲ ਹੋਏ। ਮੈਂ ਬੇਨਤੀ ਕਰਦਾ ਸੰਗਤਾਂ ਨੂੰ, ਅਪੀਲ ਕਰਦਾ ਗੁਰੂ ਦਾ ਸੇਵਾਦਾਰ ਹੋਣ ਦੇ ਨਾਤੇ, ਕਿ ਗੁਰੂ ਦਾ ਜਿਹੜਾ ਮੇਲਾ ਆ ਇਹ ਆਪਣੀਆਂ ਕਿਰਤ ਕਮਾਈਆਂ ਨੂੰ ਸਫਲ ਕਰਦੇ ਹੋਏ, ਆਪਣੇ ਕਿਰਤ ਕਮਾਈਆਂ 'ਚੋਂ ਆਟਾ ਦਾਲ ਜੋ ਵੀ ਸਰਦਾ ਬਣਦਾ ਗੁਰੂ ਘਰ ਪਹੁੰਚਾਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਗੁਰਦੁਆਰਾ ਸਾਹਿਬ ਆਪ ਜੀ ਦੇਖ ਰਹੇ ਹੋ, ਇੱਥੇ ਪਹਿਲਾਂ ਮਾਈ ਹਰੋ ਜੀ ਦਾ ਕੱਚਾ ਘਰ ਹੁੰਦਾ ਸੀ। ਪੁਰਾਣੀ ਇਮਾਰਤ ਦੇ ਢਹਿ ਜਾਣ ਤੋਂ ਬਾਅਦ ਅੱਜ ਇਹ ਮੌਜੂਦਾ ਇਮਾਰਤ ਦੇ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਅੰਮ੍ਰਿਤਸਰ ਦੀ ਸੰਗਤ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਨਾਲ ਹਰਿਮੰਦਰ ਸਾਹਿਬ ਵਾਪਸ ਜਾਣ, ਪਰ ਗੁਰੂ ਤੇਗ ਬਹਾਦਰ ਜੀ ਨੇ ਮਸੰਦਾਂ ਦੇ ਵਿਹਾਰ ਨੂੰ ਅਪਣਾਉਣ ਅਤੇ ਧਰਮ ਨੂੰ ਵਪਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ। ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਚਲਾਇਆ ਜਾ ਰਿਹਾ ਹੈ। ਇੱਥੇ ਹਰ ਸਾਲ 6 ਫਰਵਰੀ ਤੋਂ ਲੈ ਕੇ 11 ਮਾਰਚ ਤੱਕ ਮੇਲਾ ਲੱਗਦਾ ਹੈ।
ਅਤੇ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਉਸ ਮੇਲੇ ਵਿੱਚ ਪਹੁੰਚਣ ਅਤੇ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ। ਸੋ ਅੱਜ ਅਸੀਂ ਦਰਸ਼ਨ ਕੀਤੇ ਗੁਰਦੁਆਰਾ ਕੋਠਾ ਸਾਹਿਬ ਦੇ, ਤੇ ਆਸ ਕਰਦੀ ਹਾਂ ਕਿ ਇੱਕ ਨਵੇਂ ਐਪੀਸੋਡ ਰਾਹੀਂ ਤੁਹਾਨੂੰ ਅਸੀਂ ਕੁਛ ਇੱਕ ਨਵੀਂ ਜਾਣਕਾਰੀ ਦਿੱਤੀ ਹੈ ਤੇ ਇੱਕ ਇਤਿਹਾਸਿਕ ਸਥਾਨ ਦੀ ਯਾਤਰਾ ਕੀਤੀ ਹੈ, ਤੇ ਤੁਸੀਂ ਇਸ ਐਪੀਸੋਡ ਨੂੰ ਬਹੁਤ ਹੀ ਪਸੰਦ ਕੀਤਾ ਹੋਵੇਗਾ ਸਾਡੇ ਯੂਟਿਊਬ ਚੈਨਲ ਦੇ ਮਾਧਿਅਮ ਤੋਂ, ਗਲੀ ਗਲੀ ਯਾਤਰਾ ਤੋਂ। ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਤੇ ਉੱਥੋਂ ਦੇ ਜਿਹੜੇ ਮੈਨੇਜਰ ਸਾਹਿਬ ਆ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਸ਼ੂਟ ਕਰਦੇ ਪਏ ਸੀ ਤੇ ਉਹਨਾਂ ਨੇ ਸਾਨੂੰ ਸਪੈਸ਼ਲ ਬੁਲਾ ਕੇ ਆਪਣੇ ਗੁਰਦੁਆਰੇ ਸਾਹਿਬ ਦੇ ਬਾਰੇ ਪੂਰਾ ਸ਼ੂਟ ਕਰਨ ਵਾਸਤੇ ਸਾਨੂੰ ਕਿਹਾ ਕਿ ਤੁਸੀਂ ਇਸ ਗੁਰਦੁਆਰੇ ਦੇ ਇਤਿਹਾਸ ਬਾਰੇ ਲੋਕਾਂ ਨੂੰ ਜਾਣੂ ਕਰਾਓ, ਕਿਉਂਕਿ ਇਸ ਗੁਰਦੁਆਰੇ ਦੇ ਇਤਿਹਾਸ ਦਾ ਕਿਸੇ ਨੂੰ ਨਹੀਂ ਪਤਾ। ਤੇ ਪੂਰਾ ਆਪਣੇ ਆਫਿਸ ਵਿੱਚ ਲੈ ਕੇ ਗਏ, ਸਾਡਾ ਬਹੁਤ ਉਹਨਾਂ ਨੇ ਮਾਨ ਸਨਮਾਨ ਕੀਤਾ। ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੇ ਸਾਨੂੰ ਬਹੁਤ ਮਾਣ ਸਤਿਕਾਰ ਦਿੱਤਾ ਤੇ ਸਿਰੋਪਾ ਵੀ ਭੇਟ ਕੀਤਾ। ਤੇ ਇੱਕ ਵਾਰ ਫਿਰ ਤੋਂ ਮੈਂ ਸਰਦਾਰ ਜੋਬਨਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ। ਆਸ ਕਰਦੀ ਹਾਂ ਕਿ ਇਹੋ ਜਿਹੇ ਮੈਨੇਜਰ ਸਾਹਿਬ ਜੋ ਹੈ ਉਹ ਹਰ ਇੱਕ ਗੁਰਦੁਆਰੇ ਸਾਹਿਬ ਵਿੱਚ ਹੋਣ, ਜਿਹੜੇ ਲੋਕਾਂ ਨੂੰ ਆਪਣੇ ਇਤਿਹਾਸ ਦੇ ਬਾਰੇ ਜਾਣੂ ਕਰਵਾਉਣ ਲਈ ਅੱਗੇ ਆਉਣ। ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਤੇ ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਸਾਡੇ ਸਿੱਖ ਪੰਥ ਨੂੰ, ਅਗਰ ਅਸੀਂ ਆਪਣੇ ਸਿੱਖ ਪੰਥ ਦੇ ਇਤਿਹਾਸ ਨੂੰ ਲੋਕਾਂ ਤੋਂ ਜਾਣੂ ਨਹੀਂ ਕਰਾਵਾਂਗੇ ਤਾਂ ਸਾਡੇ ਆਉਣ ਵਾਲੀ ਜੋ ਪੀੜ੍ਹੀ ਹੈ ਉਸਨੂੰ ਸਿੱਖ ਪੰਥ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੇਗੀ ਅਤੇ ਨਾ ਹੀ ਉਹ ਪਹਿਚਾਣ ਪਾਉਣਗੇ ਕਿ ਸਾਡੀ ਸਿੱਖ ਕੌਮ ਕਿੰਨੀ ਮਹਾਨ ਹੋਈ ਆ। ਸੋ ਮੇਰੀ ਰਿਕੁਐਸਟ ਹੈ ਕਿ ਸਾਡੇ ਮੈਨੇਜਰ ਜਾਂ ਸਾਡੀਆਂ ਜੋ ਕਮੇਟੀਆਂ ਹਨ ਉਹਨਾਂ ਨੂੰ ਆਪਣੇ ਸਿੱਖ ਇਤਿਹਾਸ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ, ਬਾਹਰ ਰਹਿੰਦੇ ਲੋਕਾਂ ਨੂੰ ਵੀ, ਪੰਜਾਬੀਆਂ ਨੂੰ ਤਾਂ ਪਤਾ ਹੀ ਹੈ ਲੇਕਿਨ ਪੰਜਾਬ ਤੋਂ ਬਾਹਰ ਰਹਿੰਦੇ ਜੋ ਲੋਕ ਹੈ ਉਹਨਾਂ ਨੂੰ ਵੀ ਸਾਡੇ ਇਤਿਹਾਸ ਦੇ ਬਾਰੇ ਪਤਾ ਚੱਲੇ ਅਤੇ ਉਹ ਸਾਡੇ ਇਤਿਹਾਸ ਤੋਂ ਜਾਣੂ ਹੋਣ ਤੇ ਵੱਧ ਤੋਂ ਵੱਧ ਸਿੱਖ ਪੰਥ ਦਾ ਵਿਕਾਸ ਹੋਵੇ, ਸਿੱਖ ਪੰਥ ਵਧੇ ਫੁੱਲੇ। ਤੇ ਮੈਂ ਇਹੀ ਆਸ ਕਰਦੀ ਹਾਂ ਤੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ ਆਪਣੇ ਯੂਟਿਊਬ ਚੈਨਲ ਗਲੀ ਗਲੀ ਯਾਤਰਾ ਦੇ ਮਾਧਿਅਮ ਦੇ ਨਾਲ। ਇੱਕ ਵਾਰੀ ਫਿਰ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਪਲੀਜ਼ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਆ ਇਹਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਲੋਕਾਂ ਤੱਕ ਜਾਣਕਾਰੀ ਨੂੰ ਜ਼ਰੂਰ ਪਹੁੰਚਾਇਓ। ਧੰਨਵਾਦ ਜੀ।